ਆ ਦੋਸਤੋ ਮੇਰੀ ਕਿਤਾਬ ਚਰਖੜੀ ਪ੍ਰਕਾਸ਼ਿਤ ਹੋ ਗਈ ਹੈ ਇਸ ਨੂੰ ਸਵੀਨਾ ਪ੍ਰਕਾਸ਼ਨ ਵੱਲੋਂ ਪਰਵੇਸ ਸੰਧੂ ਨੇ ਕਹਾਣੀਕਾਰ ਨੇ ਅਮਰੀਕਾ ਤੋਂ ਪ੍ਰਕਾਸ਼ਿਤ ਕੀਤਾ ਹੈ ਔਰ 232 ਪੰਨਿਆਂ ਦੀ ਇਹ ਕਿਤਾਬ ਜਿਹੜੀ ਹੈ ਉਹ ਪ੍ਰਿੰਟ ਵੈਲ ਅੰਮ੍ਰਿਤਸਰ ਤੋਂ ਛਪੀ ਹੈ ਔਰ ਸਿੰਘ ਬ੍ਰਦਰਜ਼ ਵਾਲਿਆਂ ਨੇ ਇਸ ਦੀ ਡਿਸਟ੍ਰੀਬਿਊਸ਼ਨ ਕਰਨੀ ਹੈ ਸਾਰੇ ਪਾਸੇ ਵੰਡਣੀ ਹੈ ਲੁਧਿਆਣਾ ਚ ਲਾਹੌਰ ਬੁੱਕ ਸ਼ਾਪ ਤੇ ਵੀ ਇਹ ਹਾਜ਼ਰ ਹੋਵੇਗੀ ਬਾਕੀ ਥਾਵਾਂ ਦੇ ਉੱਤੇ ਵੀ ਉਨਾ ਬਲੋ ਭੇਜੀ ਜਾ ਰਹੀ ਹੈ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਇਹ ਇੰਨੀ ਖੂਬਸੂਰਤ ਕਿਤਾਬ ਛੱਪੀ ਹੈ ਜਿੰਨੀ ਮੇਰੀ ਰੀਜ ਦੇ ਵਿੱਚ ਕਿਸੇ ਵੇਲੇ ਸੁਪਨੇ ਦੀ ਅਵਸਥਾ ਚ ਹੁੰਦੀ ਸੀ ਸੋ ਮੈਂ ਹਾਲ ਦੀ ਘੜੀ ਕਿਉਂਕਿ ਕਰੋਨਾ ਕਹਿਰ ਕਰਕੇ ਦੋਸਤਾਂ ਮਿੱਤਰਾਂ ਨੂੰ ਮਿਲਣ ਦੇ ਹਾਲਤ ਨਹੀਂ ਹਨ ਸਾਰੇ ਆਪੋ ਆਪਣੇ ਘਰਾਂ 'ਚ ਧੁੱਪ ਕੇ ਬੈਠੇ ਆ ਲੋਕੇ ਬੈਠੇ ਆ ਜ਼ਿੰਦਗੀ ਪਿਆਰੀ ਸਾਨੂੰ ਸਾਰਿਆਂ ਨੂੰ ਹੀ ਔਰ ਮੇਰਾ ਖਿਆਲ ਹੈ ਕਿ ਇਹ ਹੀ ਸਾਡੇ ਭਲੇ 'ਚ ਹੈ ਕਿ ਅਸੀਂ ਇੱਕ ਦੂਸਰੇ ਨਾਲ ਸਾਜ ਲਗਾਤਾਰ ਸ਼ਬਦ ਦੀ ਸਾਜ ਬਣਾਈ ਰੱਖੀਏ ਔਰ ਦਰਖੜੀ ਡਾਕਰਾ ਹੀ ਕੁਝ ਦੋਸਤਾਂ ਨੂੰ ਭੇਜ ਸਕਾਂਗਾ ਜਿਨ੍ਹਾਂ ਨੇ ਪਰਚੇਜ਼ ਕਰਨੀ ਹੋਵੇ ਉਹ ਆਊਟਲੈਟਸ ਦੇ ਕਿਤਾਬਾਂ ਦੇ ਵੱਖ-ਵੱਖ ਥਾਵਾਂ ਤੇ ਤੇ ਵੱਖ-ਵੱਖ ਸ਼ਹਿਰਾਂ 'ਚ ਨੇ ਉਹਨਾਂ ਤੋਂ ਲੈ ਸਕਦੇ ਨੇ ਔਰ ਐਮਾਜ਼ਨ ਤੇ ਵੀ ਇਹ ਕਿਤਾਬ ਹਾਜ਼ਰ ਹੋਵੇਗੀ ਜੇ ਪ੍ਰਦੇਸ਼ 'ਚ ਵਾਸਤੇ ਦੋਸਤ ਕੋਲ ਪੜ੍ਹਨਾ ਚਾਹਣ ਤਾਂ ਉਹ ਐਮਾਜ਼ਨ ਤੋਂ ਮੰਗਵਾ ਕੇ ਵੀ ਇਹਨਾਂ ਨੂੰ ਹਾਸਲ ਕਰ ਸਕਦੇ ਆ ਮੈਂ ਜਾਣਕਾਰੀ ਤਾਂ ਦੇ ਰਿਹਾ ਕਿਉਂਕਿ ਪੁਸਤਕ ਵਿੱਚ ਦਿਲਚਸਪੀ ਲੈਣ ਵਾਲੇ ਦੋਸਤਾਂ ਵੱਲੋਂ ਮੈਨੂੰ ਬਾਰ-ਬਾਰ ਕਿਹਾ ਜਾ ਰਿਹਾ ਸੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਵਾਰ ਕੰਪਲੇਂਟ 12 ਨੂੰ ਜਨਰਲ ਇਨੀ ਖੂਬਸੂਰਤ ਤਰੀਕਾ ਛਾਪੀ ਹੈ ਔਰ ਪ੍ਰਵੇਸ਼ਨ ਦੋਨੋਂ ਬਹੁਤ-ਬਹੁਤ ਧੰਨਵਾਦ